डॉक्टर नरेंद्र सिंह कपूर दी पुस्तक है सुखन सुनेही। पहला लेख लंघ आओ बूहा खुला है। जेड़ा व्यक्ति घोर निराशा विच वी चानण दा सुपना लै सकदा होवे उसकी जिंदगी कदी भी मस्या नहीं हो सकती। अजिहे व्यक्ति की जिंदगी विच जदों भी किधरे मस्या आ जावे उस रात तो दीवे बाल के उन्हों दिवाली का त्यौहार बना लेगा। जिन्हां दे अंदर चानण हुंदा है वह गुनाहां दे भरे पंडाल विच भी आशिक दी अख वांग चमकदे हन ते गरज दी चमकदी बिजली दी लिपि विच अंबर दे काले कागजां ते अपने दस्तखत कर जांदे हन। जिहड़े पहाड़ां ते चढ़दे हन वह पहाड़ां नूं चढ़न दी दृष्टि नाल वेखदे हन जदों के दूजे व्यक्ति डिग पैण दे डर नाल सहमे रहिंदे हन। मुसीबतां सानूं खुल्लण लई कहिंदियां हन ते साडे खुल्लण नाल मुसीबतां दी जिल्द बज जांदी है। किसी चंगे बंदे नूं प्यार करन नाल असीं अपने चंगे होण दा विश्वास पालदे हां। इस विश्वास कारण साडी दृष्टि विशाल साडा हिरदा उदार ते साडा विहार परोपकारी हो निबड़दा है। जिन्हां विच आत्म विश्वास हुंदा है उही किसी की प्रशंसा कर सकते हैं ते जिस विच प्रशंसा करन दा हुनर है उस विच मुसीबतां सहण ते समस्यावां हल करन दी हिम्मत इन्नी वधेरे हुंदी है कि वह दूजियां लई समस्यावां नूं हल करन दी मौज मानन लग पैंदा है। उस दी हाजरी नाल ही मतरेईयां पैड़ां अपणियां प्रतीत होण लग पैंदियां हन ते सोच नूं आई मोच ठीक हो जांदी है। हमदर्दी अते तरस दुखी व्यक्ति दे दुख नूं घटाउंदे नहीं उसदे पछड़ जाण जां हार जाण दे अहसास नूं वधाउंदे हन। ਡਿੱਗੇ ਹੋਏ ਬੰਦੇ ਨੂੰ ਉੱਪਰ ਚੁੱਕਣ ਦੀ ਥਾਂ ਉਹਨੂੰ ਹੌਸਲਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪ ਉੱਠ ਸਕੇ। ਉਸ ਵਿੱਚ ਸਵੈ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਫੇਰ ਨਾ ਡਿੱਗੇ। ਉਹਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਕਿਸੇ ਨੂੰ ਡਿੱਗਣ ਨਾ ਦੇਵੇ। ਕਿਸੇ ਦੀ ਸਮੱਸਿਆ ਹੱਲ ਕਰਨ ਦੀ ਥਾਂ ਉਹਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਆਪ ਹੱਲ ਕਰੇ। ਅੰਤਲੇ ਰੂਪ ਵਿੱਚ ਹਰ ਕਿਸੇ ਨੂੰ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨੀਆਂ ਪੈਣਗੀਆਂ। ਸੋ ਜ਼ਰੂਰੀ ਹੈ ਕਿ ਸਮੱਸਿਆਵਾਂ ਹੱਲ ਕਰਨ ਦੀ ਯੋਗਤਾ ਨੂੰ ਵਧਾਇਆ ਜਾਵੇ। ਰਿਸ਼ਤਿਆਂ ਦੀ ਪਰਿਭਾਸ਼ਾ ਤਬਦੀਲ ਹੋ ਰਹੀ ਹੈ, ਸਵਾਲ ਜਵਾਬਾਂ ਵਿੱਚ ਅਤੇ ਜਵਾਬ ਸਵਾਲਾਂ ਵਿੱਚ ਬਦਲ ਰਹੇ ਹਨ। ਪਾਣੀ ਦੀ ਝਲਕ ਲੁੱਕਦਾ ਲਿਸ਼ਕਾਰਾ ਵੀ ਹੋ ਸਕਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਭੁਲੇਖੇ ਵਰਤੇ ਹੋਏ ਹਨ, ਸਾਡੇ ਅੰਦਰ ਕਈ ਭਗੌੜਿਆਂ ਨੇ ਪਨਾਹ ਲਈ ਹੋਈ ਹੈ। ਅੱਗ ਪਾਣੀ ਦਾ ਲਿਬਾਸ ਪਾ ਕੇ ਫਿਰ ਰਹੀ ਹੈ, ਵਿਯੋਗ ਦੇ ਵਿਹੜੇ 'ਚ ਗਿੱਧਾ ਪੈ ਰਿਹਾ ਹੈ। ਹੁਣ ਮੌਸਮ ਇੱਜ਼ਤਦਾਰ ਨਹੀਂ ਰਹੇ, ਰੁੱਤ ਬੇਆਬਰੂ ਹੋ ਕੇ ਬੁਢਿਆ ਗਈ ਹੈ, ਅੱਖਾਂ ਵਿੱਚ ਮੌਤ ਦਾ ਮੋਤੀਆ ਉਤਰ ਆਇਆ ਹੈ, ਆਪਣਾ ਚਾਹ ਦੱਸਣ ਦਾ ਕੋਈ ਢੰਗ ਨਹੀਂ ਰਿਹਾ, ਸਭ ਕੁਝ ਉਦਾਸੀਆ ਗਿਆ ਹੈ, ਸਭ ਕੁਝ ਸਰਾਪਿਆ ਗਿਆ ਹੈ, ਪਰ ਜ਼ਿੰਦਗੀ ਨੇ ਫਿਰ ਵੀ ਵਹਿਣਾ ਹੈ, ਅਸੀਂ ਇਹਦੇ ਵਹਿਣ ਨੂੰ ਜਾਰੀ ਰੱਖਣਾ ਹੈ। ਸਾਰੇ ਜੀਵ ਜੰਤੂ ਜਗਤ ਵਿੱਚ ਕੇਵਲ ਮਨੁੱਖ ਮੌਤ ਬਾਰੇ ਸੁਚੇਤ ਹੈ ਅਤੇ ਇਹ ਚੇਤਨਾ ਉਹਨੂੰ ਬਚਪਨ ਤੋਂ ਅੰਤ ਤੱਕ ਸਤਾਉਂਦੀ ਹੈ। ਚੇਤਨ ਹੋ ਕੇ ਮਨੁੱਖ ਨੇ ਮੌਤ ਨੂੰ ਆਪਣੀ ਸਭ ਤੋਂ ਵੱਡੀ ਸਮੱਸਿਆ ਬਣਾ ਲਿਆ ਹੈ ਅਤੇ ਇਸ ਦੇ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਡਰਾਂ ਵਿੱਚ ਉਹ ਨਿਰੰਤਰ ਸੋਚਦਾ ਰਹਿੰਦਾ ਹੈ। ਨਿਰੰਤਰ ਸੋਚਣ ਕਾਰਨ ਮਨੁੱਖ ਦੇ ਸਿਰ ਦਾ ਆਕਾਰ ਵੱਡਾ ਹੋ ਰਿਹਾ ਹੈ। ਸਿਰ ਦਾ ਆਕਾਰ ਵੱਡਾ ਹੋਣ ਕਾਰਨ ਪ੍ਰਸੂਤ ਪੀੜਾ ਵੱਧ ਰਹੀ ਹੈ ਅਤੇ ਬਹੁਤੇ ਬੱਚੇ ਓਪਰੇਸ਼ਨ ਰਾਹੀਂ ਜਨਮ ਲੈ ਰਹੇ ਹਨ। ਪ੍ਰਸੂਤ ਪੀੜਾ ਕੇਵਲ ਮਨੁੱਖ ਜਾਤੀ ਵਿੱਚ ਹੈ ਅਤੇ ਇਸ ਦਾ ਕਾਰਨ ਬੱਚੇ ਦੇ ਸਿਰ ਦਾ ਵੱਡੇ ਹੁੰਦਾ ਹੁੰਦੇ ਜਾਣਾ ਹੈ। ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਕਾਰਨ ਮੌਤ ਦੀ ਸੋਝੀ ਹੈ। ਇਸ ਸੋਝੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਧਰਮ ਦੇ ਪ੍ਰਭਾਵ ਦੇ ਘਟਣ ਨਾਲ ਮੌਤ ਇੱਕ ਰਹੱਸ ਨਹੀਂ ਰਹੀ ਪਰ ਯਥਾਰਥ ਦਾ ਸਾਹਮਣਾ ਕਰਨ ਦੀ ਮਨੁੱਖ ਵਿੱਚ ਅਜੇ ਹਿੰਮਤ ਨਹੀਂ ਜਾਗੀ। ਅਸੀਂ ਮੌਤ ਤੋਂ ਨਹੀਂ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ। ਕੇਵਲ ਮਾਨਵ ਜਾਤੀ ਵਿੱਚ ਰਿਸ਼ਤਾ ਨਾਤਾ ਪ੍ਰਬੰਧ ਹੈ। ਸਾਡੀਆਂ ਬਹੁਤੀਆਂ ਸਮੱਸਿਆਵਾਂ ਰਿਸ਼ਤਿਆਂ ਨਾਤਿਆਂ ਨਾਲ ਸੰਬੰਧਿਤ ਹਨ। ਮੇਲ ਮਿਲਾਪ ਉਦੋਂ ਤੱਕ ਹੀ ਪ੍ਰਸੰਨ ਕਰਦਾ ਜਦੋਂ ਤੱਕ ਉਸ ਉੱਤੇ ਰਿਸ਼ਤੇ ਨਾਤੇ ਦੀ ਮੋਹਰ ਨਹੀਂ ਲੱਗਦੀ। ਇਹ ਮੋਹਰ ਲੱਗਦਿਆਂ ਹੀ ਮੋਹ ਦੇ ਗੂੜੇ ਪ੍ਰਤੀਤ ਹੁੰਦੇ ਰੰਗ ਪਹਿਲੇ ਹੀ ਧੋ 'ਚ ਖੁਰ ਜਾਂਦੇ ਹਨ।
ਯੂਰਪ ਵਿੱਚ ਵਿਅਕਤੀ ਉਸ ਨਾਲ ਵਿਆਹ ਕਰਦਾ ਜਿਸ ਨੂੰ ਉਹ ਪਿਆਰ ਕਰਦਾ ਹੈ। ਅਸੀਂ ਜਿਸ ਨਾਲ ਵਿਆਹ ਕਰਦੇ ਹਾਂ ਉਸ ਨੂੰ ਪਿਆਰ ਕਰਨਾ ਪੈਂਦਾ ਹੈ। ਸਾਡੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਮਜਬੂਰੀਆਂ ਵਧੇਰੇ ਹਨ ਤੇ ਰਿਸ਼ਤਿਆਂ ਦਾ ਬੋਝ ਅਧਿਕ ਹੈ। ਕੋਈ ਵੀ ਰਿਸ਼ਤਾ ਸਥਾਪਿਤ ਹੋਣ ਨਾਲ ਅਸੀਂ ਹਿਸਾਬੀ ਕਿਤਾਬੀ ਹੋ ਜਾਂਦੇ ਹਾਂ। ਸਾਡੇ ਬਹੁਤੇ ਰਿਸ਼ਤੇ ਨਾਵਾਂ ਥਾਵਾਂ ਦੇ ਹਨ। ਮਨ ਦੇ ਰਿਸ਼ਤਿਆਂ ਦੀ ਘਾਟ ਹੈ। ਸਾਡੀ ਰੀਝ ਤੇ ਪੀੜ ਵਿੱਚ ਫਾਸਲਾ ਬਹੁਤ ਘੱਟ ਹੈ। ਜੇ ਹਰ ਕਿਸੇ ਨੂੰ ਪਤਾ ਲੱਗ ਜਾਏ ਕਿ ਦੂਜੇ ਉਸ ਬਾਰੇ ਕੀ ਕਹਿੰਦੇ ਹਨ ਤਾਂ ਕਿਸੇ ਦੀ ਅਰਥੀ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਵੀ ਬੰਦੇ ਥੁੜ ਜਾਣ। ਇੱਕ ਉਮਰ ਆਉਂਦੀ ਹੈ ਰੰਗਾਂ ਚਾਵਾਂ ਵਾਲੀ, ਜਦੋਂ ਆਪਣੇ ਆਪ ਤੋਂ ਖੁਸ਼ਬੂ ਆਉਂਦੀ ਹੈ, ਜਦੋਂ ਉੱਡਣ ਨੂੰ ਮਨ ਕਰਦਾ ਹੈ, ਜਦੋਂ ਚੰਨ ਪਿੱਛੇ ਆਉਂਦਾ ਪ੍ਰਤੀਤ ਹੁੰਦਾ, ਜਦੋਂ ਕਵਿਤਾ ਪੜ੍ਹਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਵਿਤਾ ਅੰਦਰੋਂ ਉੱਠਦੀ ਹੈ, ਜਦੋਂ ਸੋਝ ਵੀ ਆਉਂਦਾ ਹੈ, ਸੋਝੀ ਵੀ ਜਾਗਦੀ ਹੈ, ਜਦੋਂ ਕੱਚੇ ਬਨੇਰੇ ਵੀ ਧੁੱਪ 'ਚ ਸੋਨੇ ਦੇ ਪ੍ਰਤੀਤ ਹੁੰਦੇ ਹਨ, ਜਦੋਂ ਪਤਝੜ ਬਸੰਤ ਨਾਲੋਂ ਵੀ ਸੋਹਣੀ ਲੱਗਦੀ ਹੈ, ਜਦੋਂ ਕਿਸੇ ਦੀਆਂ ਗੱਲਾਂ ਵਿੱਚੋਂ ਮਹਿੰਦੀ ਦੀ ਖੁਸ਼ਬੂ ਆਉਂਦੀ ਹੈ। ਪਰ ਇਹ ਉਮਰ ਬਹੁਤਾ ਚਿਰ ਨਹੀਂ ਰਹਿੰਦੀ, ਅਹਿਸਾਸਾਂ ਦੇ ਅਸਮਾਨ 'ਤੇ ਬੱਦਲ ਛਾ ਹੀ ਜਾਂਦੇ ਹਨ। ਜਿਗਰੀ ਦੋਸਤ ਵਾਅਦਾ ਮੁਆਫ ਗਵਾਹ ਬਣ ਕੇ ਸਾਨੂੰ ਮੁਹੱਬਤ ਕਰਨ ਦੀ ਸਜ਼ਾ ਦਿਵਾਉਂਦੇ ਹਨ। ਦੁੱਖਾਂ ਦੇ ਦਿਨਾਂ ਵਿੱਚ ਯਾਦਾਂ ਦੇ ਪਰਛਾਵੇਂ ਲੰਮੇ ਹੋ ਜਾਂਦੇ ਹਨ, ਅੰਦਰੋਂ ਹਜ਼ਾਰਾਂ ਬਗਾਵਤਾਂ ਉੱਠਦੀਆਂ ਹਨ, ਆਪਣੇ ਸੁਪਨਿਆਂ ਦੀ ਬੁੱਗਣੀ ਟੁੱਟਣ ਦਾ ਅਹਿਸਾਸ ਹੁੰਦਾ ਹੈ, ਅਸੀਂ ਰੌਲੇ 'ਚ ਡਿੱਗ ਪੈਂਦੇ ਹਾਂ, ਜੁਦਾਈ ਦੀ ਵਾਛੜ 'ਚ ਘਿਰ ਜਾਂਦੇ ਹਾਂ, ਛੋਟੀ ਜਿਹੀ ਗਲਤੀ ਦੇ ਕੰਢੇ ਬੈਠੇ ਟੁੱਟੇ ਹੋਏ ਵਾਅਦਿਆਂ ਦੇ ਕੁਰਲਾਉਂਦੇ ਕਾਫਲੇ ਵੇਖਦੇ ਹਾਂ, ਰੂਹ ਦੇ ਬੰਨੇ 'ਤੇ ਬਾਲੇ ਦੀਵੇ ਬੁੱਝਦੇ ਬੁੱਝਦੇ ਬੁੱਝ ਜਾਂਦੇ ਹਨ। ਇਹ ਉਹ ਮੌਸਮ ਹੁੰਦਾ ਹੈ ਜਦੋਂ ਆਪਣੇ ਹੀ ਸਾਡੀ ਜੇਬ ਕਤਰ ਲੈਂਦੇ ਹਨ, ਜਿਨ੍ਹਾਂ ਨੂੰ ਅਸੀਂ ਬੜੇ ਮਹਿੰਗੇ ਸਮਝਦੇ ਹਾਂ ਉਹ ਇੰਨੇ ਸਸਤੇ ਵਿਕਦੇ ਹਨ ਕਿ ਸੱਚ ਦਾ ਭਾਅ ਡਿੱਗ ਪੈਂਦਾ ਹੈ। ਅਸੀਂ ਜ਼ਿੰਦਗੀ ਨੂੰ ਕੈਦ ਬਾ ਮੁਸ਼ੱਕਤ ਸਮਝਣ ਲੱਗ ਪੈਂਦੇ ਹਾਂ ਅਤੇ ਇਕੱਲੇ ਰਹਿ ਜਾਣ ਦੀ ਸੂਰਤ ਵਿੱਚ ਆਪਣੇ ਕੋਟ ਦੀ ਉਤਲੀ ਜੇਬ ਵਿੱਚ ਸਾਡਾ ਹਾਰਨਾਮਾ ਅਤੇ ਮੁਆਫ਼ੀਨਾਮਾ ਸਾਡੇ ਦਸਤਖਤਾਂ ਸਹਿਤ ਤਿਆਰ ਹੁੰਦਾ ਹੈ ਉਜੜੀ ਅਦਾਲਤ ਵਿੱਚ ਪੇਸ਼ ਕਰਨ ਲਈ। ਸਭ ਕੁਝ ਦੇ ਬਾਵਜੂਦ ਕਿਸੇ ਦੇ ਚੇਤਿਆਂ ਵਿੱਚੋਂ ਜਲਾਵਤਨ ਹੋ ਕੇ ਵੀ ਪਿਆਰ ਕਰਨ ਦੀ ਰੀਝ ਮਰਦੀ ਨਹੀਂ। ਹਾਰ ਦਾ ਅਹਿਸਾਸ ਸਾਡੇ ਅਨੁਭਵ ਨੂੰ ਡੂੰਘਾ ਕਰਦਾ ਹੈ। ਸਭ ਕੁਝ ਦੇ ਬਾਵਜੂਦ ਅਸੀਂ ਦੁਨੀਆ ਨਾਲ ਰੁੱਸ ਜਾਣ ਵਾਲਿਆਂ ਨਾਲ ਰਲਣ ਲਈ ਤਿਆਰ ਨਹੀਂ ਹੁੰਦੇ। ਸਾਨੂੰ ਪਤਾ ਲੱਗਦਾ ਹੈ ਕਿ ਪਰਛਾਵਾਂ ਛਾਂ ਨਹੀਂ ਹੁੰਦਾ। ਸਾਨੂੰ ਪਤਾ ਲੱਗਦਾ ਹੈ ਕਿ ਪਾਣੀ ਪਾਣੀ ਵੀ ਹੈ, ਅੱਥਰੂ ਵੀ, ਮੀਂਹ ਵੀ, ਹੜ੍ਹ ਵੀ, ਦਰਿਆ ਵੀ। ਅਸੀਂ ਝਾੜੂ ਵਾਂਗ ਲੇਟਣ ਦੀ ਥਾਂ ਦਰਿਆ ਵਾਂਗ ਲੰਮੇ ਪੈਣ ਲਈ ਤਾਂਘਦੇ ਹਾਂ। ਅਸੀਂ ਪੈਰਾਂ ਨੂੰ ਗਰਦ ਦੇ ਪੱਖ ਤੋਂ ਨਹੀਂ ਸਫ਼ਰ ਦੇ ਸੰਦਰਭ ਵਿੱਚ ਵੇਖਦੇ ਹਾਂ। ਸਾਨੂੰ ਪੈਰਾਂ ਦੀਆਂ ਬਿਆਈਆਂ ਵਿੱਚੋਂ ਸਫ਼ਰ ਦੀਆਂ ਪੈੜਾਂ ਵਿਖਾਈ ਦਿੰਦੀਆਂ ਹਨ, ਚਿਹਰਿਆਂ ਦੀਆਂ ਝੁਰੜੀਆਂ ਵਿੱਚੋਂ ਇਤਿਹਾਸ ਦੇ ਕਾਂਡ ਵਿਖਾਈ ਦਿੰਦੇ ਹਨ, ਵਿਯੋਗ ਦੇ ਵਿਹੜੇ ਦੀ ਉਦਾਸ ਧੁਨ ਵਿੱਚੋਂ ਸੁਕਰਾਤੀ ਰਾਹ ਵਿਖਾਈ ਦਿੰਦੇ ਹਨ। ਉਦਾਸ ਉਹੀ ਹੁੰਦੇ ਹਨ ਜਿਹੜੇ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨ ਲੱਗ ਪੈਂਦੇ ਹਨ ਅਤੇ ਹਾਂ ਨਾ ਦੀ ਸ਼ਤਰੰਜ ਵਿੱਚ ਉਲਝ ਜਾਂਦੇ ਹਨ। ਜਿਹੜੀਆਂ ਸਮੱਸਿਆਵਾਂ ਮਨੁੱਖ ਨੂੰ ਵਧੇਰੇ ਪੀੜਤ ਕਰਦੀਆਂ ਹਨ ਉਹ ਮੁੱਖ ਤੌਰ 'ਤੇ ਸਰੀਰ ਅਤੇ ਮਨ ਨਾਲ ਸੰਬੰਧਿਤ ਹੁੰਦੀਆਂ ਹਨ। ਕਿਸੇ ਸਰੀਰਕ ਸਮੱਸਿਆ ਕਾਰਨ ਸਾਡਾ ਸਵੈ ਵਿਸ਼ਵਾਸ ਘਟਦਾ ਹੈ ਅਤੇ ਸਾਡੀ ਦੁਨੀਆ ਸੁੰਗੜਦੀ ਹੈ। ਸਾਡੀ ਸਰੀਰਕ ਸਮੱਸਿਆ ਦਾ ਸਾਡੇ ਆਲੇ ਦੁਆਲੇ ਨਾਲ ਸਾਡੇ ਸੰਬੰਧਾਂ 'ਤੇ ਪ੍ਰਭਾਵ ਪੈਂਦਾ ਹੈ। ਸਾਡੇ ਉਦੇਸ਼ ਅਤੇ ਸਾਡੀਆਂ ਪ੍ਰਾਪਤੀਆਂ ਵੀ ਸਾਡੀ ਸਰੀਰਕ ਸਥਿਤੀ ਅਨੁਸਾਰ ਉੱਚੀਆਂ ਨੀਵੀਆਂ ਹੁੰਦੀਆਂ ਹਨ। ਕਈ ਵਾਰੀ ਸਾਡੀ ਸਰੀਰਕ ਸੁਸਤੀ ਸਥਿਤੀ ਦੀ ਕਾਹਲ ਨਾਲ ਬਰ ਨਹੀਂ ਮੇਚ ਸਕਦੀ ਅਤੇ ਕਈ ਅਵਸਰ ਇਵੇਂ ਡਿੱਗ ਪੈਂਦੇ ਹਨ ਜਿਵੇਂ ਆਟਾ ਠੀਕ ਨਾ ਗੁੰਨਿਆ ਹੋਣ ਕਰਕੇ ਰੋਟੀ ਤੰਦੂਰ 'ਚ ਡਿੱਗ ਪੈਂਦੀ ਹੈ। ਜਦੋਂ ਅਵਸਰ ਗੁਆਚਣ ਦੀ ਉਦਾਸੀ ਕਾਰਨ ਨੀਂਦਰਾਂ ਸਾਡੇ ਨਾਲ ਰੁੱਸ ਜਾਂਦੀਆਂ ਹਨ ਤਾਂ ਸੂਰਜ ਦੀ ਜਾਗ ਖੁੱਲ੍ਹਣ ਤੋਂ ਬਹੁਤ ਪਹਿਲਾਂ ਹੀ ਸਾਡੀ ਜਾਗ ਖੁੱਲ੍ਹ ਜਾਂਦੀ ਹੈ ਅਤੇ ਸਵੇਰੇ ਉੱਠਣ ਵੇਲੇ ਤੱਕ ਅਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਹੁੰਦੇ ਹਾਂ। ਸਾਡੀਆਂ ਸਰੀਰਕ ਸਮੱਸਿਆਵਾਂ ਸਾਡੇ ਮਨ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। ਕਈ ਵਾਰੀ ਅਸੀਂ ਭਰੇ ਜਾਣ ਤੋਂ ਪਹਿਲਾਂ ਹੀ ਡੁੱਲ ਜਾਂਦੇ ਹਾਂ। ਜਦੋਂ ਸਾਨੂੰ ਮਾਨਸਿਕ ਤਸੱਲੀ ਨਾ ਹੋਵੇ ਤਾਂ ਸਾਡਾ ਮਨ ਕੇਵਲ ਭਿੰਨ ਦੇ ਪਾਸੇ ਨੂੰ ਵੇਖਦਾ ਹੈ। ਕਿਸੇ ਦੇ ਅੱਗੇ ਲੰਘ ਜਾਣ ਨੂੰ ਅਸੀਂ ਸਹਿਣ ਨਹੀਂ ਕਰਦੇ। ਸਰੀਰ ਦੇ ਤੰਦਰੁਸਤ ਹੋਣ ਕਾਰਨ ਅਸੀਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਰਹਿੰਦੇ ਹਾਂ, ਪਰ ਸਰੀਰ ਦੇ ਰੋਗੀ ਹੋਣ ਕਾਰਨ ਸਹਿਜ ਗਤੀ ਨਾਲ ਆਉਣ ਵਾਲੀਆਂ ਸਮੱਸਿਆਵਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ।
ਜਿਹੜੀਆਂ ਰੋਗੀ ਦੇ ਮਨੋਬਲ ਨੂੰ ਡੇਗਦੀਆਂ ਹਨ। ਸਰੀਰਕ ਸਮੱਸਿਆਵਾਂ ਨਾਲ ਸਾਡੇ ਕਾਮ ਸੰਬੰਧਾਂ, ਭਾਵਕ ਸੰਤੁਸ਼ਟੀ ਅਤੇ ਮਾਨਸਿਕ ਸੰਤੁਲਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਕਈ ਸਰੀਰਕ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ। ਅਜਿਹੀਆਂ ਸਮੱਸਿਆਵਾਂ ਦਾ ਹੱਲ ਇਹਨਾਂ ਨੂੰ ਸਹਿਣ ਕਰਨ ਵਿੱਚ ਹੀ ਹੈ। ਕਿਸੇ ਹਾਦਸੇ ਵਿੱਚ ਕਿਸੇ ਦਾ ਅਪੰਗ ਹੋ ਜਾਣਾ ਜਾਂ ਸੰਤਾਨ ਵਿੱਚੋਂ ਕਿਸੇ ਦਾ ਊਣਾ ਨਿਕਲ ਆਉਣਾ ਜਾਂ ਸੰਤਾਨ ਨਾ ਪ੍ਰਾਪਤ ਹੋਣ ਦੀ ਬੇਵਸੀ ਜਾਂ ਕਿਸੇ ਮਾਰੂ ਰੋਗ 'ਚ ਘਿਰ ਜਾਣਾ, ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ਨੂੰ ਬਰਦਾਸ਼ਤ ਕਰਨ ਲਈ ਆਤਮਕ ਬਲ ਦੀ ਲੋੜ ਹੁੰਦੀ ਹੈ। ਮਾਂ ਹੋਣਾ ਔਰਤ ਦਾ ਸਿਖਰ ਹੈ ਅਤੇ ਔਰਤ ਦੀ ਬੇਵਸੀ ਦਾ ਸਿਖਰ ਉਸਦੀ ਕੁੱਖ ਦੀ ਚੁੱਪ ਹੈ। ਔਰਤ ਦੇ ਮਨ ਦੀਆਂ ਕਈ ਗਲੀਆਂ ਹਨ, ਉਸਦੇ ਘਰ ਦੇ ਕਈ ਸਿਰਨਾਵੇਂ ਹਨ। ਔਰਤ ਆਪਣੇ ਦੁੱਖਾਂ ਨੂੰ ਆਪਣੇ ਪੱਲੇ ਦੀ ਕੰਨੀ ਨਾਲ ਘੁੱਟ ਕੇ ਬੰਨ ਲੈਂਦੀ ਹੈ। ਨਦੀ ਵਰਗੀਆਂ ਧੀਆਂ ਜਦੋਂ ਉੱਜੜ ਕੇ ਨਾ ਉਮੀਦੀ ਦੇ ਮਾਰੂਥਲਾਂ 'ਚ ਗੁਆਚ ਜਾਂਦੀਆਂ ਹਨ ਤਾਂ ਮਨ ਦਾ ਪਰਦੇਸੀ ਹੋਣਾ ਸੁਭਾਵਿਕ ਹੈ। ਅੱਥਰੂਆਂ ਦੀ ਭਾਸ਼ਾ ਦਾ ਸ਼ਬਦਾਂ ਦੀ ਬੋਲੀ 'ਚ ਅਨੁਵਾਦ ਸਹੀ ਨਹੀਂ ਹੁੰਦਾ। ਅਜਿਹੀ ਸਥਿਤੀ 'ਚ ਸੋਚਣਾ ਚਾਹੀਦਾ ਹੈ ਕਿ ਦੁੱਖ ਕਿਸ ਨੂੰ ਨਹੀਂ ਹਨ, ਦੁਖਾਂਤ ਕਿਸ ਨਾਲ ਨਹੀਂ ਵਾਪਰਦੇ। ਅੰਤ ਨੂੰ ਜ਼ਿੰਦਗੀ ਨੇ ਹਰ ਕਿਸੇ ਨਾਲ ਰੁੱਸਣਾ ਹੈ, ਪਰ ਜ਼ਿੰਦਗੀ ਦੀ ਅਦਾਲਤ ਵਿੱਚ ਇਨਸਾਫ ਵੀ ਮਿਲਦਾ ਹੈ। ਪਰ ਅਸੀਂ ਜੋ ਕੁਝ ਸਾਡੇ ਕੋਲ ਨਹੀਂ ਹੈ ਉਸੇ ਨੂੰ ਹੀ ਵੇਖਦੇ ਰਹਿੰਦੇ ਹਾਂ। ਦੂਜਿਆਂ ਦੇ ਦੁੱਖ ਵਿੱਚ ਭਾਈਵਾਲ ਹੋ ਕੇ ਆਪਣੇ ਦੁੱਖ ਭੁਲਾਏ ਜਾ ਸਕਦੇ ਹਨ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਸਮੱਸਿਆ ਹੱਲ ਕੀਤੇ ਜਾਣ ਦੇ ਯੋਗ ਨਹੀਂ ਹੁੰਦੀ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਤੇਜ਼ ਦਰਦ ਬਹੁਤਾ ਚਿਰ ਨਹੀਂ ਰਹਿੰਦੇ ਅਤੇ ਬਹੁਤ ਦੇਰ ਰਹਿਣ ਵਾਲੇ ਦਰਦ ਤੇਜ਼ ਨਹੀਂ ਹੁੰਦੇ। ਅਜੋਕੇ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਆਰਥਿਕ ਵੀ ਹਨ। ਭਾਵੇਂ ਇਹ ਮੰਨਣਾ ਕਠਿਨ ਹੈ, ਪਰ ਵਾਸਤਵਿਕਤਾ ਇਹ ਹੈ ਕਿ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਿਕ ਸਮੱਸਿਆਵਾਂ ਦੇ ਮੁਕਾਬਲੇ ਆਰਥਿਕ ਸਮੱਸਿਆਵਾਂ ਘੱਟ ਪੀੜਤ ਕਰਦੀਆਂ ਹਨ। ਇਹ ਸਮੱਸਿਆਵਾਂ ਵਧੇਰੇ ਕਰਕੇ ਪੁਰਸ਼ਾਂ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਕਿਸੇ ਹਾਦਸੇ ਜਾਂ ਦੁਰਘਟਨਾ ਵਾਂਗ ਅਚਾਨਕ ਨਹੀਂ ਵਾਪਰਦੀਆਂ। ਇਹਨਾਂ ਸੰਬੰਧੀ ਕੋਈ ਕਿਸੇ ਨੂੰ ਸ਼ਿਕਾਇਤ ਵੀ ਨਹੀਂ ਕਰਦਾ ਅਤੇ ਨਾ ਹੀ ਇਹ ਝਟਪਟ ਹੱਲ ਹੋਣ ਵਾਲੀਆਂ ਹੁੰਦੀਆਂ ਹਨ। ਆਰਥਿਕ ਸਮੱਸਿਆਵਾਂ ਸਾਡੇ ਸੁਚੇਤ ਅਤੇ ਵਿਹਾਰਕ ਸੰਸਾਰ ਨਾਲ ਸੰਬੰਧਿਤ ਹੋਣ ਕਰਕੇ ਸਾਡੇ ਲਈ ਮਾਨਸਿਕ ਪਰੇਸ਼ਾਨੀ ਥੋੜ੍ਹੇ ਚਿਰ ਲਈ ਹੀ ਉਪਜਾਉਂਦੀਆਂ ਹਨ। ਹਰ ਕੋਈ ਆਰਥਿਕਤਾ ਨਾਲ ਸੰਬੰਧਿਤ ਹੋਣ ਕਾਰਨ ਆਪਣੀ ਆਪਣੀ ਸਮਰੱਥਾ ਅਤੇ ਯੋਗਤਾ ਨਾਲ ਇਹਨਾਂ ਸਮੱਸਿਆਵਾਂ ਨੂੰ ਨਜਿੱਠਣ 'ਚ ਰੁੱਝਿਆ ਹੋਇਆ ਹੈ। ਭਾਵੇਂ ਆਰਥਿਕ ਸਮੱਸਿਆਵਾਂ ਦਾ ਸਾਡੀਆਂ ਭਾਵਕ ਅਤੇ ਮਾਨਸਿਕ ਸਮੱਸਿਆ ਉੱਤੇ ਪਰਛਾਵਾਂ ਪੈਂਦਾ ਹੈ, ਪਰ ਅਜਿਹੀਆਂ ਸਮੱਸਿਆਵਾਂ ਦਾ ਆਰਥਿਕ ਪੱਖ ਮਹੱਤਵਪੂਰਨ ਨਹੀਂ ਹੁੰਦਾ। ਆਰਥਿਕ ਪੱਖ ਸੰਬੰਧੀ ਅਸੀਂ ਤਰਕ ਨਾਲ ਸੋਚ ਸਮਝ ਸਕਦੇ ਹਾਂ, ਪਰ ਸਾਡੀ ਮਾਨਸਿਕ, ਭਾਵਕ ਅਤੇ ਆਤਮਕ ਤਸੱਲੀ ਦੇ ਸਰੋਤ ਆਰਥਿਕ ਨਹੀਂ ਹੁੰਦੇ। ਸਾਡੀਆਂ ਸਰੀਰਕ ਸਮੱਸਿਆਵਾਂ ਭਾਵੇਂ ਸਾਡੀ ਆਰਥਿਕਤਾ ਤੋਂ ਪ੍ਰਭਾਵਿਤ ਤਾਂ ਹੁੰਦੀਆਂ ਹਨ, ਪਰ ਸਾਨੂੰ ਦੁਖੀ ਉਹੀ ਸਰੀਰਕ ਸਮੱਸਿਆਵਾਂ ਕਰਦੀਆਂ ਹਨ ਜਿਨ੍ਹਾਂ ਨੂੰ ਆਰਥਿਕਤਾ ਨਾਲ ਵੀ ਹੱਲ ਨਹੀਂ ਕੀਤਾ ਜਾ ਸਕਦਾ। ਆਰਥਿਕ ਪੱਖ ਨਿਰਸੰਦੇਹ ਸਾਨੂੰ ਸਮੱਸਿਆਵਾਂ ਨਜਿੱਠਣ ਅਤੇ ਉਹਨਾਂ ਨਾਲ ਬਰ ਮੇਚਣ ਦੀ ਯੋਗਤਾ ਪ੍ਰਦਾਨ ਕਰਦਾ ਹੈ, ਪਰ ਸਮੱਸਿਆਵਾਂ ਕੇਵਲ ਆਰਥਿਕ ਹਥਿਆਰਾਂ ਨਾਲ ਹੱਲ ਨਹੀਂ ਹੁੰਦੀਆਂ। ਆਰਥਿਕ ਵਿਕਾਸ ਦੇ 5 ਮੁੱਖ ਪੜਾਅ ਹਨ। ਹਰ ਵਿਅਕਤੀ ਕਿਸੇ ਨਾ ਕਿਸੇ ਪੜਾਅ ਉੱਤੇ ਹੁੰਦਾ ਹੈ। ਇਹ ਇੱਕ ਨਿਰੰਤਰ ਯਾਤਰਾ ਹੈ ਜਿਸ ਵਿੱਚ ਰੁੱਝੇ ਰਹਿਣਾ ਚੰਗਾ ਵੀ ਲੱਗਦਾ ਹੈ ਅਤੇ ਉਪਯੋਗੀ ਵੀ ਹੁੰਦਾ ਹੈ। ਸਾਡਾ ਜੀਵਨ ਅਨੁਭਵ ਵਾਸਤਵ ਵਿੱਚ ਉਪਜੀਵਿਕਾ ਕਮਾਉਣ ਦੇ ਰਾਹ 'ਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਅਮਲ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਹੜਾ ਇਸ ਅਮਲ 'ਚ ਨਹੀਂ ਪੈਂਦਾ ਉਹਦਾ ਸਮਾਜਿਕ, ਮਾਨਸਿਕ ਅਤੇ ਭਾਵਕ ਵਿਕਾਸ ਵੀ ਨਹੀਂ ਹੁੰਦਾ। ਸੋ ਆਰਥਿਕ ਸਮੱਸਿਆਵਾਂ ਵਿੱਚ ਅਵਸਰ ਵੀ ਛੁਪੇ ਹੁੰਦੇ ਹਨ ਅਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਸਾਨੂੰ ਜੀਵਨ ਦੇ ਅਰਥ ਸਮਝ ਪੈਂਦੇ ਹਨ। ਪਹਿਲੇ ਪੜਾਅ 'ਚ ਅਸੀਂ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਪੈਦਾ ਕਰਦੇ ਹਾਂ ਜਿਨ੍ਹਾਂ ਵਿੱਚ ਆਮਦਨ, ਆਹਾਰ ਅਤੇ ਆਵਾਸ ਆ ਜਾਂਦੀਆਂ ਹਨ। ਕਈ ਵਾਰੀ ਇਹ ਸਹੂਲਤਾਂ ਸਾਨੂੰ ਬਣੀਆਂ ਬਣਾਈਆਂ ਵੀ ਮਿਲ ਜਾਂਦੀਆਂ ਹਨ, ਪਰ ਵਿਆਹ ਉਪਰੰਤ ਹਰ ਵਿਅਕਤੀ ਆਪਣੀ ਜ਼ਿੰਦਗੀ ਬਾਰੇ ਨਵੇਂ ਸਿਰਿਓਂ ਸੋਚਦਾ ਹੈ ਅਤੇ ਇਹਨਾਂ ਸਹੂਲਤਾਂ ਸੰਬੰਧੀ ਸਮੱਸਿਆਵਾਂ ਨੂੰ ਬਦਲੇ ਦ੍ਰਿਸ਼ਟੀਕੋਣ ਨਾਲ ਸਮਝਦਾ ਹੈ। ਦੂਜੇ ਪੜਾਅ 'ਚ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਦੀ ਸਮੱਸਿਆ ਨੂੰ ਨਜਿੱਠਦੇ ਹਾਂ। ਇਸ ਪੜਾਅ ਵਿੱਚ ਆਪਣਾ ਘਰ ਹੋਣਾ ਜਾਂ ਆਪਣੇ ਘਰ ਲਈ ਸਾਧਨ ਜੁਟਾਉਣੇ ਅਤੇ ਆਪਣੇ ਪਰਿਵਾਰ ਲਈ ਸੁੱਖ ਸਾਧਨ ਜੁਟਾਉਣੇ ਗਿਣਿਆ ਜਾ ਸਕਦਾ ਹੈ। ਤੀਜੇ ਪੜਾਅ ਵਿੱਚ ਅਸੀਂ ਸਮਾਜਿਕ ਮੇਲ ਜੋਲ ਵਧਾਉਂਦੇ ਹਾਂ, ਸਮਾਗਮ ਕਰਦੇ ਹਾਂ, ਜਨਮ ਦਿਨ ਮਨਾਉਂਦੇ ਹਾਂ, ਤੋਹਫੇ ਦਿੰਦੇ ਲੈਂਦੇ ਹਾਂ, ਸ਼ੁਭੇਚਾਵਾਂ ਭੇਜਦੇ ਹਾਂ।
ਅਰਥਾਤ ਅਸੀਂ ਉਹਨਾਂ ਘਰਾਂ ਦੀ ਗਿਣਤੀ ਵਧਾਉਂਦੇ ਹਾਂ ਜਿੱਥੇ ਅਸੀਂ ਜਾ ਸਕਦੇ ਹਾਂ ਅਤੇ ਉਹਨਾਂ ਲੋਕਾਂ ਦੀ ਸੂਚੀ ਲੰਮੀ ਕਰਦੇ ਹਾਂ ਜਿਹੜੇ ਸਾਡੇ ਘਰ ਆ ਸਕਦੇ ਹਨ। ਇਹ ਮੇਲ ਮਿਲਾਪ ਆਪਣੇ ਰਿਸ਼ਤੇਦਾਰਾਂ ਦੇ ਮੁਕਾਬਲੇ ਦੂਜੇ ਵਿਅਕਤੀਆਂ ਨਾਲ ਵਧੇਰੇ ਹੁੰਦਾ ਹੈ। ਇਸ ਸਥਿਤੀ ਵਿੱਚ ਸਾਡੀ ਥਾਲੀ ਵਿਚਲੀਆਂ ਕੌਲੀਆਂ ਅਤੇ ਸਾਡੀ ਅਲਮਾਰੀ ਵਿੱਚ ਕੱਪੜਿਆਂ ਦੀ ਗਿਣਤੀ ਵੱਧਦੀ ਹੈ, ਅਰਥਾਤ ਵੰਨ ਸੁਵੰਨਤਾ ਦਾ ਵਾਤਾਵਰਣ ਉਪਜਦਾ ਹੈ। ਬਹੁਤੇ ਲੋਕ ਇੱਥੇ ਪਹੁੰਚ ਕੇ ਸੰਤੁਸ਼ਟ ਹੋ ਜਾਂਦੇ ਹਨ। ਚੌਥੇ ਪੜਾਅ ਵਿੱਚ ਆਰਥਿਕ ਬਲ ਨਾਲ ਅਸੀਂ ਸਮਾਜਿਕ ਰੁਤਬੇ ਲਈ ਤੰਗਦੇ ਹਾਂ ਜਾਂ ਪਤਵੰਤੇ ਬਣਦੇ ਹਾਂ। ਕਿਸੇ ਸਭਾ ਕਲੱਬ ਦੇ ਮੈਂਬਰ ਜਾਂ ਅਹੁਦੇਦਾਰ ਬਣਨਾ ਸਾਡਾ ਸ਼ੌਕ ਬਣਦਾ ਹੈ। ਜਿਨ੍ਹਾਂ ਵਿੱਚ ਆਰਥਿਕ ਬਲ ਨਹੀਂ ਹੁੰਦਾ ਪਰ ਪਤਵੰਤੇ ਬਣਨ ਦੀ ਰੀਝ ਹੁੰਦੀ ਹੈ, ਉਹ ਕਿਸੇ ਸੇਵਾ ਸਦਨ ਜਾਂ ਭਜਨ ਮੰਡਲੀ ਜਾਂ ਧਰਮਸ਼ਾਲਾ ਤੱਕ ਫੈਲਦੇ ਹਨ। ਪੰਜਵੇਂ ਪੜਾਅ 'ਚ ਆਰਥਿਕ ਬਲ ਨਾਲ ਜਾਂ ਅਸੀਂ ਆਪ ਸਰਕਾਰ ਦਰਬਾਰ 'ਚ ਅੱਪੜ ਜਾਂਦੇ ਹਾਂ ਜਾਂ ਉੱਥੇ ਤੱਕ ਸਾਡੀ ਰਸਾਈ ਹੋ ਜਾਂਦੀ ਹੈ। ਇਹਨਾਂ ਸਾਰੇ ਪੜਾਵਾਂ ਦੀਆਂ ਆਪਣੀਆਂ ਆਪਣੀਆਂ ਆਰਥਿਕ ਮਜਬੂਰੀਆਂ ਅਤੇ ਸਮੱਸਿਆਵਾਂ ਹਨ। ਹਰ ਕੋਈ ਜਾਣ ਸਕਦਾ ਹੈ ਕਿ ਉਹ ਕਿਹੜੇ ਪੜਾਅ 'ਤੇ ਹੈ। ਹਰ ਕਿਸੇ ਵਿੱਚ ਅਗਲੇਰੇ ਪੜਾਅ 'ਚ ਦਾਖਲ ਹੋਣ ਦੀ ਰੀਝ ਹੁੰਦੀ ਹੈ, ਕਿਉਂਕਿ ਹਰ ਪੜਾਅ ਦੇ ਲੋਕਾਂ ਦੀ ਗਿਣਤੀ ਬਹੁਤ ਅਧਿਕ ਹੁੰਦੀ ਹੈ। ਨੀਵੇਂ ਪੜਾਵਾਂ ਵਿੱਚ ਤਾਂ ਗਿਣਤੀ ਬਹੁਤ ਹੀ ਅਧਿਕ ਹੁੰਦੀ ਹੈ, ਸੋ ਸਾਡੀਆਂ ਆਰਥਿਕ ਸਮੱਸਿਆਵਾਂ ਹੀ ਸਾਨੂੰ ਪੀੜਿਤ ਨਹੀਂ ਕਰਦੀਆਂ। ਸਮਾਜਵਾਦ ਵੀ ਸਾਡੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਭਾਵੇਂ ਕਰ ਦੇਵੇ, ਸਾਡੀਆਂ ਭਾਵੁਕ, ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਬਣੀਆਂ ਰਹਿਣਗੀਆਂ। ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਵੱਧ ਰਹੀਆਂ ਹਨ। ਇਸਤਰੀ ਸੁਚੇਤ ਹੋ ਰਹੀ ਹੈ ਅਤੇ ਹੁਣ ਉਹ ਆਪਣੇ ਪਤੀ ਨੂੰ ਪਰਮੇਸ਼ਰ ਵਜੋਂ ਹੀ ਸਵੀਕਾਰਨ ਲਈ ਤਿਆਰ ਨਹੀਂ। ਵਿਆਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਇੱਕ ਕਾਰਨ ਇਹ ਹੈ ਕਿ ਵਿਆਹ ਵਿਉਂਤ ਕੇ ਨਹੀਂ ਕੀਤੇ ਜਾ ਰਹੇ। ਤਿੰਨਾਂ ਵਿੱਚੋਂ ਦੋ ਮੰਗਣੀਆਂ ਹੀ ਵਿਆਹ ਵਿੱਚ ਵਟਦੀਆਂ ਹਨ। ਜਵਾਨ ਮੰਨਣ ਲਈ ਤਿਆਰ ਹੀ ਨਹੀਂ ਕਿ ਜਿਹੜੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੂਜਿਆਂ ਨਾਲ ਵਾਪਰਦੀਆਂ ਹਨ ਉਹ ਉਹਨਾਂ ਨਾਲ ਵੀ ਵਾਪਰ ਸਕਦੀਆਂ ਹਨ। ਸੁਰਮੇਲਤਾ ਦੀ ਘਾਟ ਕਾਰਨ ਸਹਿਣਸ਼ੀਲਤਾ ਘਟ ਰਹੀ ਹੈ। ਫਰਜ਼ਾਂ ਦੀ ਥਾਂ ਹੱਕਾਂ ਪ੍ਰਤੀ ਅਸੀਂ ਵਧੇਰੇ ਸੁਚੇਤ ਹਾਂ। ਵਿਆਹ ਪੱਕੀ ਉਮਰ 'ਚ ਹੋਣ ਕਾਰਨ ਵਿਹਾਰ ਵਿੱਚ ਲਚਕ ਘਟ ਗਈ ਹੈ ਅਤੇ ਲੋੜਾਂ ਦੇ ਮੁਕਾਬਲੇ ਇੱਛਾਵਾਂ ਵੱਧ ਜਾਣ ਕਾਰਨ ਵਸੀਲਿਆਂ ਦੀ ਥੁੜ ਪ੍ਰਤੀਤ ਹੋਣ ਲੱਗ ਪਈ ਹੈ। ਮੰਗਣੀ ਦਾ ਉਦੇਸ਼ ਦੋਹਾਂ ਧਿਰਾਂ ਨੂੰ ਵਿਆਹ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਆਪਣੇ ਆਪ ਨੂੰ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਨਾ ਸੀ, ਪਰ ਹੁਣ ਵਿਆਹ ਇਵੇਂ ਦੌੜ ਕੇ ਕਰਵਾਏ ਜਾ ਰਹੇ ਹਨ ਜਿਵੇਂ ਗੱਡੀ ਚੱਲ ਪੈਣ ਉਪਰੰਤ ਉਸ ਉੱਤੇ ਚੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੋਵੇ। ਲਗਭਗ ਹਰ ਵਿਆਹ ਉਪਰੰਤ ਦੋਹਾਂ ਵਿੱਚੋਂ ਇੱਕ ਧਿਰ ਨੂੰ ਆਪਣਾ ਜੀਵਨ ਪੱਧਰ ਨੀਵਾਂ ਕਰਨ ਦੀ ਮਜਬੂਰੀ ਹੁੰਦੀ ਹੈ। ਜੇਕਰ ਇਸ ਸਥਿਤੀ ਨੂੰ ਪ੍ਰਵਾਨ ਨਾ ਕੀਤਾ ਜਾਏ ਤਾਂ ਸੰਬੰਧਿਤ ਧਿਰ ਆਪਣੇ ਨਾਲ ਠੀਕ ਵਰਤਾਓ ਨਾ ਹੋਣ ਦੀ ਸ਼ਿਕਾਇਤ ਕਰਦੀ ਹੈ। ਵਿਦਿਆ ਪ੍ਰਾਪਤੀ ਨਾਲ ਸਾਨੂੰ ਆਪਣੀ ਗੱਲ ਕਹਿਣ ਦੀ ਜਾਚ ਆ ਜਾਂਦੀ ਹੈ ਅਤੇ ਇਹ ਯੋਗਤਾ ਸਾਡੇ ਵਿੱਚ ਸਹਿਣਸ਼ੀਲਤਾ ਨੂੰ ਘਟਾਉਂਦੀ ਹੈ, ਕਿਉਂਕਿ ਦੂਜੇ ਨੂੰ ਸੁਣਨ ਅਤੇ ਸਮਝਣ ਦੀ ਥਾਂ ਅਸੀਂ ਸੁਣਾਉਣਾ ਅਤੇ ਸਮਝਾਉਣਾ ਚਾਹੁੰਦੇ ਹਾਂ। ਵਧੇਰੇ ਪੜ੍ਹੀਆਂ ਲੜਕੀਆਂ ਦੇ ਵਿਆਹ ਲਈ ਉਹਨਾਂ ਦੀ ਯੋਗਤਾ ਅਨੁਸਾਰ ਵਰ ਲੱਭਣੇ ਮੁਸ਼ਕਿਲ ਹੋ ਗਏ ਹਨ ਅਤੇ ਜਦੋਂ ਪਤੀ ਦੀ ਯੋਗਤਾ ਘੱਟ ਹੋਵੇ ਤਾਂ ਇਸ ਨਾਲ ਆਪਸੀ ਸੰਬੰਧਾਂ 'ਤੇ ਅਸਰ ਪੈਂਦਾ ਹੈ। ਸਹੁਰਾ ਪਰਿਵਾਰ ਵੱਧ ਪੜ੍ਹੀ ਲਿਖੀ ਨੂੰਹ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ਹੈ, ਪਰ ਨੂੰਹ ਆਪਣੀ ਵਿਕਸਿਤ ਸੋਝੀ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੁੰਦੀ। ਅਜੋਕੇ ਯੁੱਗ ਵਿੱਚ ਵਿਆਹ ਸੰਬੰਧਾਂ ਨੂੰ ਤੋੜਨ ਦੇ ਸਾਰੇ ਸਾਧਨ ਹਨ, ਪਰ ਟੁੱਟੀਆਂ ਨੂੰ ਗੰਢਣ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ ਅਤੇ ਨਤੀਜੇਵਸ ਦੰਪਤੀ ਸਮੱਸਿਆਵਾਂ ਨਿਤ ਦਿਨ ਵੱਧ ਰਹੀਆਂ ਹਨ। ਇਹ ਸਮੱਸਿਆਵਾਂ ਆਪਾ ਪੜਚੋਲ ਨਾਲ ਹੀ ਹੱਲ ਹੋ ਸਕਦੀਆਂ ਹਨ। ਆਵਾਜਾਈ ਦੇ ਸਾਧਨ ਸੌਖੇ ਅਤੇ ਤੇਜ਼ ਹੋ ਜਾਣ ਕਾਰਨ ਦੋਹਾਂ ਧਿਰਾਂ ਦੇ ਮਾਪਿਆਂ ਦਾ ਦਖਲ ਵੱਧ ਗਿਆ ਹੈ, ਜਿਹੜਾ ਸਮੱਸਿਆ ਨੂੰ ਸੁਲਝਣ ਨਹੀਂ ਦਿੰਦਾ। ਜੀਵਨ ਦੇ ਰੁਝੇਵੇਂ ਵੱਧ ਜਾਣ ਕਾਰਨ ਕਿਸੇ ਕੋਲ ਦੂਜਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਵਿਹਲ ਹੀ ਨਹੀਂ ਰਹੀ। ਸੋ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਵਿੱਚ ਆਪਣੀਆਂ ਅਜੋਕੀਆਂ ਅਤੇ ਭਵਿੱਖ ਦੀਆਂ ਸਮੱਸਿਆਵਾਂ ਆਪ ਸੁਲਝਾਉਣ ਦੀ ਯੋਗਤਾ ਪੈਦਾ ਕੀਤੀ ਜਾਵੇ। ਇਹ ਯੋਗਤਾ ਝਟਪਟ ਪੈਦਾ ਨਹੀਂ ਕੀਤੀ ਜਾ ਸਕਦੀ। ਜਿਵੇਂ ਆਪਣੀ ਖਾਜ ਠੀਕ ਢੰਗ ਨਾਲ ਅਸੀਂ ਆਪ ਹੀ ਕਰ ਸਕਦੇ ਹਾਂ, ਉਵੇਂ ਹੀ ਆਪਣੀਆਂ ਸਮੱਸਿਆਵਾਂ ਦੇ ਹੰਢਣਸਾਰ ਹੱਲ ਸਾਨੂੰ ਆਪ ਹੀ ਲੱਭਣੇ ਪੈਣਗੇ। ਜੀਵਨ ਇੱਕ ਸਮੁੰਦਰ ਵਾਂਗ ਹੈ। ਸਮੁੰਦਰ ਦਾ ਕੋਈ ਬਾਦਸ਼ਾਹ ਨਹੀਂ ਹੁੰਦਾ ਜਿਸ ਅੱਗੇ ਫਰਿਆਦ ਕੀਤੀ ਜਾ ਸਕੇ। ਜ਼ਿੰਦਗੀ ਦੇ ਬਾਦਸ਼ਾਹ ਅਸੀਂ ਆਪ ਹੀ ਬਣਨਾ ਹੈ। ਜੇ ਅਸੀਂ ਆਪਣੇ ਆਪ ਨੂੰ ਮੈਂ ਦੀ ਥਾਂ ਉਹ ਜਾਣ ਕੇ ਵਿਚਰੀਏ ਤਾਂ ਸਾਨੂੰ ਸਮੱਸਿਆਵਾਂ ਹੋਰ ਤਰ੍ਹਾਂ ਵਿਖਾਈ ਦੇਣਗੀਆਂ। ਭੁੱਲਣਾ ਨਹੀਂ ਚਾਹੀਦਾ ਕਿ ਬੱਦਲਾਂ ਤੋਂ ਬਿਨਾਂ ਸਤਰੰਗੀ ਪੀਂਗ ਨਹੀਂ ਬਣਦੀ। ਇਵੇਂ ਹੀ ਗੁੜ ਦੀ ਡਲੀ ਨਾਲ ਗਲਾਸ ਹੀ ਮਿੱਠਾ ਹੋਏਗਾ, ਟੋਭਾ ਨਹੀਂ।
ਇਕੱਲਤਾ ਨੂੰ ਉਹੀ ਫਤਿਹ ਕਰ ਸਕਦੇ ਹਨ ਜਿਨ੍ਹਾਂ ਨੂੰ ਇਕਾਂਤ ਨਾਲ ਮੁਹੱਬਤ ਹੈ। ਬਤਖ ਤਰਦੀ ਹੋਈ ਹੀ ਚੰਗੀ ਲੱਗਦੀ ਹੈ, ਜਿਵੇਂ ਕਲਮ ਲਿਖਦੀ ਹੋਈ, ਝੀਲ ਭਰੀ ਹੋਈ ਅਤੇ ਜ਼ਿੰਦਗੀ ਵਗਦੀ ਹੋਈ। ਸਮੱਸਿਆਵਾਂ ਵੀ ਜ਼ਿੰਦਗੀ ਦੀ ਰੌਣਕ ਹਨ, ਇਹਨਾਂ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਜ਼ਿੰਦਗੀ ਦੇ ਬੁਲੰਦ ਦਰਵਾਜ਼ੇ ਦੀ ਦਹਿਲੀਜ਼ 'ਤੇ ਕਿਉਂ ਖਲੋਤੇ ਹੋ? ਲੰਘ ਆਓ, ਜ਼ਿੰਦਗੀ ਦਾ ਬੂਹਾ ਖੁੱਲ੍ਹਾ ਹੈ। ਧੰਨਵਾਦ।